ਮੈਨੂੰ ਲੱਗਦਾ ਦੋ ਗੈਂਗਸਟਰਾਂ ਦਾ ਜ਼ਿਕਰ ਪੰਜਾਬ ਦੇ ਆਂਦਾ ਮੈਂ ਮਤਲਬ ਉਹਨਾਂ ਤੋਂ ਮਾਫੀ ਚਾਹੂੰਗਾ ਮੈਂ ਉਹਨਾਂ ਦੇ ਨਾਂ ਦੇ ਨਾਲ ਹੱਲੇ ਵੀ ਗੈਂਗਸਟਰ ਲਗਾ ਰਹੇ ਹਾਂ ਇੱਕ ਮਿੰਟੂ ਗੁਰੂਸਰੀਆ ਤੇ ਦੂਜਾ ਲੱਖਾ ਸਧਾਨਾ ਹੂੰ ਮੈਨੂੰ ਲੱਗਦਾ ਦੋ ਬੰਦੇ ਨੇ ਜਿਨ੍ਹਾਂ ਦਾ ਅੱਜ ਜ਼ਰੂਰ ਜ਼ਿਕਰ ਹੋਣਾ ਚਾਹੀਦਾ ਹੈ ਕਿ ਅੰਦਰੋਂ ਤਾਂ ਇਹ ਇਹੀ ਸੀ ਨਾ ਜਿਹੜਾ ਮਿੰਟੂ ਗੁਰੂਸਰੀਆ ਅੱਜ ਇੱਕ ਪੱਤਰਕਾਰ ਦੇ ਬਤੌਰ ਲੋਕਾਂ ਨੂੰ ਸੇਧ ਦੇ ਰਿਹਾ ਹੈ ਇਹੀ ਮਿੰਟੂ ਗੁਰੂਸਰੀਆ ਸੀ ਨਾ ਉਹ ਤੇ ਇਹੀ ਲੱਖਾ ਸਿਧਾਣਾ ਸੀ ਨਾ ਜਿਹੜਾ ਅੱਜ ਪੰਜਾਬੀ ਬੋਲੀ ਦੇ ਉੱਤੇ ਗੱਲ ਕਰ ਰਿਹਾ ਹੈ ਜਿਹੜਾ ਅੱਜ ਕਿਸਾਨ ਅੰਦੋਲਨ ਦੇ ਉੱਤੇ ਗੱਲ ਕਰ ਰਿਹਾ ਹੈ ਲੋਕਾਂ ਦੇ ਵਿੱਚ ਜਾ ਰਿਹਾ ਹੈ ਨੌਜਵਾਨਾਂ ਨੂੰ ਲਾਂਬੰਦ ਕਰਕੇ ਇੱਕ ਮਿਸਾਲੀ ਉਹਨੇ ਕਾਇਮ ਕੀਤੀ ਹੈ ਇੱਕ ਆਪਣਾ ਏਕਾ ਆਪਣਾ ਇੱਕ ਦੁਆਲੇ ਉਸ ਦੇ ਇੱਕ ਖੜਾ ਹੋਇਆ ਸਮੂਹ ਸੋ ਇਹ ਤਾਂ ਬੰਦੇ ਤਾਂ ਇਹੀ ਸੀ ਲੇਕਿਨ ਇਹੀ ਬੰਦੇ ਉਦੋਂ ਸਮਾਜ ਦੇ ਵਿੱਚ ਗੈਂਗਸਟਰ ਦੇ ਤੌਰ ਦੇ ਉੱਤੇ ਮਸ਼ਹੂਰ ਹੋਏ ਸੋ ਇਹਨਾਂ ਬੰਦਿਆਂ ਨੂੰ ਦੇਖ ਕੇ ਹੀ ਪਤਾ ਲੱਗਦਾ ਕਿ ਇਹ ਇਹਨਾਂ ਦੀ ਕੋਰ ਗੈਂਗਸਟਰ ਨਹੀਂ ਸੀ ਇਹ ਵਧੀਆ ਬੰਦੇ ਹੀ ਸੀ ਇਹ ਉਦੋਂ ਵੀ ਵਧੀਆ ਬੰਦੇ ਸੀ ਸਿਰਫ ਉਹ ਕੋਈ ਮਾਹੌਲ ਸੀ ਉਹ ਕੋਈ ਰਸਤਾ ਸੀ ਜਿਹੜਾ ਇਹਨਾਂ ਨੂੰ ਗਲਤ ਜਿਹੜਾ ਉਸ ਵੇਲੇ ਮਿਲ ਗਿਆ ਸੀ ਤੇ ਮੈਂ ਸਮਝਦਾ ਜੇ ਰਸਤਾ ਇਹਨਾਂ ਨੂੰ ਸਹੀ ਮਿਲ ਸਕਦਾ ਰਸਤਾ ਬਾਕੀਆਂ ਨੂੰ ਵੀ ਸਹੀ ਮਿਲ ਸਕਦਾ ਤੇ ਜਿਹੜੇ ਖੁਲਾਸੇ ਮੈਨੂੰ ਯਾਦ ਆਉਂਦਾ ਜਦੋਂ ਲੱਖੀ ਹੋਣੀ ਜੇਲ੍ਹ ਤੋਂ ਆਏ ਨੇ ਇਹਨਾਂ ਨੇ ਜਿਹੜੇ ਕੀਤੇ ਸੀਗੇ ਉਹ ਸਾਨੂੰ ਦੱਸਦਾ ਕਿ ਕ੍ਰਾਈਮ ਜੇਲਾਂ ਦੇ ਅੰਦਰ ਆਰਗੇਨਾਈਜ਼ ਹੋ ਰਿਹਾ ਹੈ ਕ੍ਰਾਈਮ ਨੂੰ ਪੁਲਿਸ ਤੇ ਪੋਲਿਟਿਕਲ ਕਲਾਸ ਰਲ ਕੇ ਆਰਗੇਨਾਈਜ਼ ਕਰ ਰਹੀ ਹੈ ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਜੋ ਭਾਰ ਦੇਣੀਆਂ ਚਾਹੀਦੀਆਂ ਨੇ ਦੋ ਨੌਜਵਾਨਾਂ ਨੂੰ ਉੱਥੇ ਮਾਰ ਦਿੱਤਾ ਗਿਆ ਦੋ ਨੂੰ ਇਹਨਾਂ ਨੇ ਮਾਰਤਾ ਸੀ ਜਾਂ ਹੋਰ ਮੈਂ ਕਹਿੰਦਾ ਸੈਂਕੜਿਆਂ ਨੂੰ ਇਹਨਾਂ ਨੇ ਮ ਕਾਰੋਬਾਰੀਆਂ ਤੋਂ ਇਹਨਾਂ ਨੇ ਫਰੋਤੀਆਂ ਲਿੱਤੀਆਂ ਹੋਣਗੀਆਂ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਇਹਨਾਂ ਨੇ ਵੀ ਬਰਬਾਦ ਕੀਤੀਆਂ ਲੇਕਿਨ ਮੈਂ ਕਹਿੰਦਾ ਉਹ ਸਾਰੀਆਂ ਹੀ ਜ਼ਿੰਦਗੀਆਂ ਬਚ ਸਕਦੀਆਂ ਸੀ ਸਣੇ ਜਿਹੜੀਆਂ ਇਹਨਾਂ ਦੇ ਹੱਥੋਂ ਬਰਬਾਦ ਹੋਈਆਂ ਤੇ ਸਣੇ ਇਹਨਾਂ ਦੀ ਆਵਗੀਆਂ ਜਵਾਨੀਆਂ ਜਿਹੜੀਆਂ ਬਰਬਾਦ ਹੋਈਆਂ ਇਹ ਸਾਰੀਆਂ ਬਚ ਸਕਦੀਆਂ ਸੀ ਜੇ ਸਿਸਟਮ ਜਿਹੜਾ ਹੈ ਉਹ ਆਪਾਂ ਇਸ ਨੂੰ ਪਹਿਲਾਂ ਉਂਗਲੀ ਧਰ ਦਈਏ ਜੇ ਸਿਸਟਮ ਨੂੰ ਆਪਾਂ ਨਰਥ ਪਾ ਲਈਏ ਕਿਸੇ ਤਰੀਕੇ ਨਾਲ ਮੈਨੂੰ ਲੱਗਦਾ ਕਿ ਇਹਦੇ ਚ ਪੋਲਿਟੀਕਲ ਕਲਾਸ ਜਿਹੜੀ ਹੈ ਅਸੀਂ ਆਪਣਾ ਫੇਲੀਅਰ ਮੰਨਦੇ ਆ ਵੀ ਅਸੀਂ ਠੀਕ ਨਹੀਂ ਕਰ ਸਕੀ ਲੇਕਿਨ ਪੋਲਿਟੀਕਲ ਕਲਾਸ ਦਾ ਸੋ ਕੋਈ ਨਹੀਂ ਜਾਣਦਾ ਪੰਜਾਬ ਦੇ ਵਿੱਚ ਜਦੋਂ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਨਾਂ ਦੇ ਉੱਤੇ ਸੋਈ ਆਰਗੇਨਾਈਜ਼ ਹੋਈ ਸੀਗੀ ਸਾਰੇ ਜਾਣਦੇ ਨੇ ਵੀ ਉਸ ਵੇਲੇ ਸੋਈ ਜਿਹੜੀ ਹੈਗੀ ਉਹ ਤਮਾਮ ਥੱਲੇ ਤੱਕ ਪਿੰਡਾਂ ਦੇ ਕਾਲਜਾਂ ਤੱਕ ਪ੍ਰਧਾਨ ਕਿਹਨੂੰ ਲਾਉਣਾ ਹੈ ਕਿਹਨੂੰ ਨਹੀਂ ਲਾਉਣਾ ਇਹ ਸਾਰਾ ਫੀਨੋਮੀਨਾ ਜਿਹੜਾ ਹੈਗਾ ਉੱਥੋਂ ਗੈਂਗਸਟਰ ਬਰੀਡ ਕੀਤੇ ਨੇ ਇਹ ਵੀ ਇਵਨ ਕਿ ਜੈਪਾਲ ਹੋਰੀ ਸੀ ਐਸੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚ ਪੜਦਾ ਹੀ ਰਹੇ ਨੇ ਇੱਥੇ ਇੰਦਸਿ ਸ਼ੇਰਾ ਇੱਥੇ ਪੜਦਾ ਰਿਹਾ ਇਹ ਸਾਰੇ ਜਿਹੜੇ ਬਾਅਦ ਚੋਂ ਬੜੇ ਨਾਮੀ ਨਾਮੀ ਗਏ ਲਾਰੈਂਸ ਬਿਸ਼ਨੋਈ ਇੱਥੇ ਰਹੇ ਉਹਨਾਂ ਨਾਲ ਜੁੜੇ ਰਹ ਸੋ ਇੰਸਟੀਟਿਊਸ਼ਨਸ ਦੇ ਫੇਲੀਅਰ ਤਾਂ ਮੇਜਰ ਫੇਲੀਅਰ ਨੇ